ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਵਰਲਡ ਵਾਈਡ ਫੇਮਸ ਜਸ ਸਿੱਧੂ। ਤੋ ਚਲੋ ਆਪਾਂ ਚੱਲਦੇ ਹਾਂ ਜੀ, ਹੁਣ ਅੱਜ ਤੁਹਾਡੇ ਨਵੇਂ ਵਲੌਗ ਦੀ ਤਿਆਰੀ ਕਰ ਰਹੇ ਸੀਗੇ ਆਪਾਂ, ਅਤੇ ਹੁਣ ਆਪਾਂ ਚੱਲਦੇ ਹਾਂ ਜੀ ਮੁੰਬਈ। ਆ ਜਾਓ, ਤੁਹਾਨੂੰ ਵੀ ਮੁੰਬਈ ਦਰਸ਼ਨ ਕਰਾਉਂਦੇ ਹਾਂ। ਫਾਈਨਲੀ ਆਪਾਂ ਪਹੁੰਚ ਗਏ ਹਾਂ ਮੁੰਬਈ। ਮੁੰਬਈ ਪਹੁੰਚ ਕੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕੀਤੇ ਸਿੰਘ ਸਭਾ ਗੁਰਦੁਆਰਾ ਦੇ। ਹੁਣ ਆਪਾਂ ਨਿਕਲ ਚੁੱਕੇ ਹਾਂ ਘੁੰਮਣ ਦੇ ਵਾਸਤੇ, ਅਤੇ ਚਲੋ ਹੁਣ ਆਪਾਂ ਬੱਸ ਲਈਏ, ਚੱਲਦੇ ਹਾਂ ਜੂਹੂ ਚੌਪਾਟੀ। ਫਾਈਨਲੀ ਆਪਾਂ ਪਹੁੰਚ ਗਏ ਜੂਹੂ ਦੇ ਵਿੱਚ। ਆ ਜਾਓ, ਦਿਖਾਉਂਦੇ ਹਾਂ ਨਜ਼ਾਰਾ ਤੁਹਾਨੂੰ। ਇਹ ਦੇਖੋ ਜੀ ਜੂਹੂ ਚੌਪਾਟੀ, ਕਿੰਨਾ ਨਜ਼ਾਰਾ, ਮਾਹੌਲ ਦੇਖੋ ਕਿੰਨਾ ਵਧੀਆ। ਇੱਕ ਬੱਦਲਵਾਈ, ਮਿੰਨੀ ਮਿੰਨੀ ਬਾਰਿਸ਼, ਉੱਤੋਂ ਮਾਹੌਲ ਸਿਰੇ ਦਾ। ਜੂਹੂ ਦਾ ਨਜ਼ਾਰਾ ਲੈਣ ਤੋਂ ਬਾਅਦ ਫਿਰ ਆਪਾਂ ਚੱਲ ਪਏ ਜੀ ਆਪਣੀ ਨੈਕਸਟ ਮੰਜ਼ਿਲ ਵੱਲ। ਹੁਣ ਆਪਾਂ ਚੱਲਦੇ ਹਾਂ ਜੀ ਸਾਇੰਸ ਸਿਟੀ ਨੂੰ। ਆ ਜਾਓ, ਤੁਹਾਨੂੰ ਪਹਿਲਾਂ ਦਿਖਾਉਂਦੇ ਹਾਂ ਵਰਲੀ ਸੀਆ ਲਿੰਕ। ਆਹ ਦੇਖੋ, ਸਾਹਮਣੇ ਦਿਖ ਰਿਹਾ ਉਹ ਵਰਲੀ ਸੀਆ ਲਿੰਕ ਹੈ ਜੀ। ਇੱਥੋਂ ਹੀ ਆਪਾਂ ਲੰਘਣਾ ਉੱਪਰ ਦੀ। ਆ ਜਾਓ, ਫਾਈਨਲੀ ਆਪਾਂ ਪਹੁੰਚ ਗਏ ਸਾਇੰਸ ਸਿਟੀ। ਸਾਇੰਸ ਸਿਟੀ 'ਚ ਅਸੀਂ ਬਹੁਤ ਮਸਤੀ ਕੀਤੀ, ਦੇਖੋ ਅਸੀਂ ਮੱਛੀਆਂ ਨਾਲ ਬਹੁਤ ਪੰਗੇ ਲਏ, ਵਧੀਆ ਨਜ਼ਾਰਾ ਆਇਆ ਇੱਥੇ। ਫਿਰ ਅਸੀਂ ਪੈਰਾਂ ਨਾਲ ਪਿਆਨੋ ਵਜਾਇਆ, ਦੇਖੋ ਕਿੰਨਾ ਵਧੀਆ ਵੱਜਦਾ ਪਿਆਨੋ ਪੈਰਾਂ ਨਾਲ। ਫਿਰ ਅਸੀਂ ਡਾਇਨਾਸੌਰ ਦੇਖਿਆ, ਡਾਇਨਾਸੌਰ ਦੇਖੋ ਕਿੱਦਾਂ ਡਰਾ ਰਿਹਾ ਸਾਨੂੰ। ਸਾਇੰਸ ਸਿਟੀ ਵਿੱਚ ਇੱਕ ਹੋਰ ਵਧੀਆ ਚੀਜ਼ ਸੀ, ਸਾਈਕਲ ਚਲਾ ਕੇ ਇੱਕ ਬੋਲ ਉੱਪਰ ਨੂੰ ਆਉਂਦੀ ਹੈ, ਅਸੀਂ ਉਹ ਬੋਲ ਨੂੰ ਪੈਰਾਂ ਨਾਲ ਸਾਈਕਲ ਭਜਾ ਕੇ ਉੱਪਰ ਨੂੰ ਬੋਲ ਨੂੰ ਭੇਜਿਆ, ਫਿਰ ਉਹ ਕਾਫੀ ਅੱਗੇ ਤੱਕ ਗਈ। ਉਹਦਾ ਵੀ ਨਜ਼ਾਰਾ ਕਾਫੀ ਵਧੀਆ ਰਿਹਾ, ਐਕਸਪੀਰੀਅੰਸ ਵਧੀਆ ਸੀ ਸਾਡਾ। ਦਸ ਸੈਕਿੰਡ ਦੇ ਵਿੱਚ ਕਰ ਦਿਓ ਭਾਰ, ਅੱਠ ਸੈਕਿੰਡ ਰਹਿ ਗਏ, ਸੱਤ, ਛੇ, ਪੰਜ, ਚਾਰ, ਤਿੰਨ। ਸਾਇੰਸ ਸਿਟੀ 'ਚੋਂ ਨਿਕਲ ਕੇ ਅਸੀਂ ਜਾਣਾ ਸੀਗਾ ਜੀ ਹਾਜੀ ਅਲੀ ਦਰਗਾਹ 'ਤੇ, ਪਰ ਸਾਡੇ ਤੋਂ ਉੱਥੇ ਜਾਇਆ ਨਹੀਂ ਗਿਆ ਕਿਉਂਕਿ ਉੱਥੇ ਬਾਰਿਸ਼ ਬਹੁਤ ਜ਼ਿਆਦਾ ਸੀ, ਪਾਣੀ ਉੱਪਰ ਆ ਚੁੱਕਿਆ ਸੀਗਾ, ਅਤੇ ਇਸੇ ਕਰਕੇ ਸਾਨੂੰ ਜਾਣ ਨਹੀਂ ਦਿੱਤਾ ਗਿਆ ਉੱਥੇ ਵੀ। ਤੁਸੀਂ ਕਹਿੰਦੇ ਨਾ ਜਾਓ, ਇਸੇ ਕਰਕੇ ਅਸੀਂ ਫਿਰ ਉੱਥੋਂ ਹੀ ਬੱਸ ਅੱਗੇ ਵਾਸਤੇ ਲਈ। ਫਿਰ ਅਸੀਂ ਚੱਲਦੇ ਹਾਂ ਹੁਣ ਅੱਗੇ, ਆਪਾਂ ਆ ਜਾਓ ਦੇਖਦੇ ਹਾਂ ਕਿੱਥੇ ਜਾਂਦੇ ਹਾਂ। ਹੁਣ ਆਪਾਂ ਚੱਲਦੇ ਹਾਂ ਫਰੀ 'ਤੇ, ਫਰੀ 'ਤੇ ਨਜ਼ਾਰੇ ਲੈਣ ਚੱਲਦੇ ਹਾਂ ਸਮੁੰਦਰ ਦੇ ਵਿੱਚ। ਆ ਜਾਓ, ਤੁਹਾਨੂੰ ਦਿਖਾਉਂਦੇ ਹਾਂ ਸਮੁੰਦਰ ਦੇ ਵਿਚਲਾ ਨਜ਼ਾਰਾ, ਦ੍ਰਿਸ਼ ਕਿੱਡਾ ਸੋਹਣਾ ਦੇਖੋ। ਆ ਜਾਓ, ਫਰੀ ਦੇ ਉੱਤੇ ਬਹੁਤ ਵਧੀਆ ਸੀਗਾ ਮਾਹੌਲ, ਵਧੀਆ ਸੀਗਾ, ਮਤਲਬ ਕਿਨਮਿਨ ਹੋ ਰਹੀ ਸੀਗੀ। ਅਸੀਂ ਉੱਪਰਲੇ ਪਾਸੇ ਸੀਗੇ ਬੋਟ ਦੇ, ਉੱਪਰਲੇ ਪਾਸੇ ਬਿਲਕੁਲ, ਉੱਥੋਂ ਦੇਖ ਰਿਹਾ ਸੀ ਕਾਫੀ ਕੁਛ, ਕਾਫੀ ਬੋਟਸ ਉੱਥੇ ਸਮੁੰਦਰ ਦੇ ਵਿੱਚ ਘੁੰਮ ਰਹੀਆਂ ਸੀਗੀਆਂ। ਕਾਫੀ ਵਧੀਆ ਲੱਗ ਰਿਹਾ ਸੀਗਾ, ਦਿਲ ਨੂੰ ਸਕੂਨ ਜਿਹਾ ਮਿਲਦਾ ਸੀ। ਠੀਕ ਹੈ, ਬਹੁਤ ਸੋਹਣਾ। ਬਈ ਬਈ ਇੱਧਰ ਆ, ਪਹਿਲੀ ਫੋਟੋ ਖਿੱਚੀ ਮੈਂ ਇਹ ਚੱਲਦੀ ਕੈਮਰੇ 'ਚ।
ਫਾਈਨਲੀ ਫਿਰ ਸਾਨੂੰ ਇੱਕ ਗਾਣਾ ਬਹੁਤ ਵਧੀਆ ਲੱਗਿਆ ਸੀ, ਉਸ 'ਤੇ ਡਾਂਸ ਵੀ ਕੀਤਾ, ਦੇਖੋ ਕਿੰਨਾ ਸੋਹਣਾ ਡਾਂਸ ਕੀਤਾ ਮੈਂ। ਫੜ ਲਓ ਅਸੀਂ ਸਾਰਾ ਦਿਨ ਉਸ ਦਿਨ ਮੈਰੀਨ ਡਰਾਈਵ 'ਤੇ ਘੁੰਮਦੇ ਰਹੇ ਸਾਰਾ ਦਿਨ। ਸਾਨੂੰ ਕਿਸੇ ਨੇ ਕਿਹਾ ਵੀ ਉੱਥੇ ਸ਼ਾਮ ਦਾ ਮਾਹੌਲ ਬਹੁਤ ਵਧੀਆ ਹੁੰਦਾ, ਕਿਉਂਕਿ ਜਦੋਂ ਸਾਰਾ ਜਗਮਗਾਉਂਦਾ ਸਾਰੀ ਲਾਈਟਿੰਗ ਹੁੰਦੀ ਹੈ ਤਾਂ ਬਹੁਤ ਵਧੀਆ ਲੱਗਦਾ। ਵਾਕਈ ਲੱਗਦਾ ਵੀ ਜਿੱਦਾਂ ਗਲੇ 'ਚ ਨੈਕਲੈਸ ਪਾਇਆ ਹੁੰਦਾ, ਇੱਦਾਂ ਦਾ ਮਾਹੌਲ ਲੱਗਦਾ ਉੱਥੇ। ਇਸੇ ਕਰਕੇ ਅਸੀਂ ਸੁਬਾਹ ਤੋਂ ਲੈ ਕੇ ਦੁਪਹਿਰ ਤੋਂ ਲੈ ਕੇ ਅਸੀਂ ਸ਼ਾਮ ਤੱਕ ਉੱਥੇ ਹੀ ਰਹੇ, ਰਾਤ ਵੀ ਅਸੀਂ ਮੈਰੀਨ ਡਰਾਈਵ 'ਤੇ ਰਹੇ। ਆ ਜਾਓ ਦੇਖਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਅੱਗੇ ਬਾਕੀ। ਦੇਖੋ ਜੀ ਹੁਣ ਰਾਤ ਹੋ ਚੱਲੀ ਹੈ, ਦੇਖੋ ਕਿੰਨਾ ਵਧੀਆ ਲੱਗ ਰਿਹਾ ਇੱਥੇ ਖੜ ਕੇ। ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸੋਹਣੀ ਲਾਈਟਿੰਗ ਵਗੈਰਾ ਜੋ ਚੱਲ ਰਹੀ ਹੈ, ਉੱਧਰੋਂ ਸਮੁੰਦਰ ਦੀਆਂ ਆਵਾਜ਼ ਆ ਰਹੀ ਹੈ, ਉੱਧਰੋਂ ਸਮੁੰਦਰ ਦੀ ਦੂਸਰੀ ਸਾਈਡ ਵੀ ਦੇਖੋ ਲਾਈਟਿੰਗ ਕਿੰਨੀ ਹੈ ਅਤੇ ਕਿੱਡਾ ਵਧੀਆ ਮਾਹੌਲ ਲੱਗ ਰਿਹਾ। ਮੈਰੀਨ ਡਰਾਈਵ ਦੀ ਸ਼ਾਮ ਸਾਡੀ ਬਹੁਤ ਸੁਹਾਣੀ ਰਹੀ, ਬਹੁਤ ਹੀ ਜ਼ਿਆਦਾ ਸਾਨੂੰ ਬਹੁਤ ਵਧੀਆ ਲੱਗਾ। ਨੈਕਸਟ ਡੇ ਅਸੀਂ ਪਹੁੰਚ ਗਏ ਜੀ ਫਿਰ ਗਿਰੀਗਾਉਂ ਚਪਾਟੀ। ਆ ਜਾਓ ਤੁਹਾਨੂੰ ਉੱਥੋਂ ਦੇ ਨਜ਼ਾਰੇ ਦਿਖਾਉਂਦੇ ਹਾਂ। ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਗਿਰੀਗਾਉਂ ਚਪਾਟੀ। ਗਿਰੀਗਾਉਂ ਚਪਾਟੀ ਦਾ ਨਜ਼ਾਰਾ ਦੇਖੋ ਤੁਸੀਂ ਆਸੇ ਪਾਸੇ ਦਿਖਾ ਰਿਹਾ ਤੁਹਾਨੂੰ ਜ਼ੂਮਿੰਗ ਕਰਕੇ, ਦੇਖੋ ਕਿੰਨੀ ਵਧੀਆ ਮਾਹੌਲ ਲੱਗ ਰਿਹਾ। ਆਸੇ ਪਾਸੇ ਸਮੁੰਦਰ ਦੇ ਪਾਸੇ ਬਿਲਡਿੰਗਾਂ ਦਿਖ ਰਹੀਆਂ, ਕਿੰਨੀਆਂ ਵਧੀਆ ਲੱਗ ਰਹੀਆਂ ਇਮਾਰਤਾਂ। ਬਹੁਤ ਹੀ ਵਧੀਆ ਨਜ਼ਾਰਾ ਇੱਥੋਂ ਦਾ, ਸਮੁੰਦਰ ਹੀ ਸਮੁੰਦਰ ਦੇਖੋ ਦੂਰ ਦੂਰ ਤੱਕ। ਕਿਆ ਬਾਤ ਹੈ, ਕਿਆ ਜੰਨਤ ਹੈ ਯਹਾਂ ਪੇ ਯਾਰ, ਦਿਲ ਖੁਸ਼ ਹੋ ਗਿਆ, ਦਿਲ ਗਾਰਡਨ ਗਾਰਡਨ ਹੋ ਗਿਆ ਯਾਰ। ਰਣਵੀਰ ਓਏ ਆ ਜਾ ਇੱਧਰ ਆ ਜਾਓ।
ਫਿਰ ਅਸੀਂ ਸੋਚਿਆ ਕਿ ਥੋੜ੍ਹਾ ਜਿਹਾ ਸਟਾਈਲ ਨਾਲ ਵਾਕ ਕਰਕੇ ਸਲੋਮੋ 'ਚ ਥੋੜ੍ਹਾ ਜਿਹਾ ਟਾਵਰ ਜੀ ਬਣਾਈਏ ਇੱਥੇ ਸਮੁੰਦਰ ਦੇ ਕੰਢੇ 'ਤੇ ਆਏ ਹਾਂ। ਕੋਈ ਸਨੈਪਚੈਟ ਪਾਵਾਂਗੇ, ਕੋਈ ਇੰਸਟਾਗ੍ਰਾਮ 'ਤੇ ਸਿੱਟਾਂਗੇ। ਆ ਜਾਓ ਦੇਖੋ ਸਾਡੇ ਸ਼ਾਰਟ ਲਏ ਹੋਏ, ਕਿੱਡੇ ਵਧੀਆ ਲੱਗੇ ਸਾਨੂੰ ਦੱਸੋ ਕਮੈਂਟ ਕਰਕੇ ਕਿੰਨੇ ਵਧੀਆ ਲੱਗੇ।
ਗਰੀ ਤੇ ਲੱਗੇ ਹਨ ਕੀ ਭਾਈ ਗਰੀਗਾਂ ਚਵਾਟੀ ਹੈ ਇੱਥੋਂ ਦਾ ਮਾਹੌਲ ਦੇਖੋ ਕਿੰਨਾ ਵਧੀਆ ਅਤੇ ਸ਼ਾਂਤਮਈ ਹੈ। ਦੇਖੋ ਲੋਕ ਕਿੰਨੇ ਇੱਥੇ ਪਿਆਰ ਨਾਲ ਸਮੁੰਦਰ ਦੇ ਕੰਢੇ 'ਤੇ ਆ ਕੇ ਨਹਾ ਵੀ ਰਹੇ ਨੇ, ਕਈ ਅਤੇ ਕਈ ਬਹੁਤ ਇੰਜੋਏ ਕਰ ਰਹੇ। ਚਰਚੇ ਸਾਡੇ ਮਿਸੀ ਸਾਗਾ ਸੁਣਿਆ ਜਿਹਨੇ ਮਾਣਕ ਹੋਵੇ, ਨਹੀਂ ਸੁਣਦਾ ਲੇਡੀ ਗਾਗਾ। ਮਿਹਨਤੀ ਪੁੱਤ ਪਾਉਂਦੇ ਆ ਠੁੱਕ, ਤੂੰ ਆਖੇ ਗੁੰਡਾਇਆ। ਫਾਈਨਲੀ ਆਪਣਾ ਟੂਰ ਪੂਰਾ ਹੋ ਚੁੱਕਿਆ ਜੀ, ਆਪਾਂ ਹੁਣ ਚੱਲਦੇ ਹਾਂ ਘਰ ਵੱਲ ਨੂੰ। ਚਲੋ ਜੀ ਫਿਰ, ਵੀਡੀਓ ਦੇਖ ਕੇ ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਅਤੇ ਸਾਡੀ ਦੱਸਿਓ ਕਿੰਨੂੰ ਵੀਡੀਓ ਕਿੱਦਾਂ ਦੀ ਲੱਗੀ। ਚਲੋ ਜੀ, ਬਾਏ ਬਾਏ, ਟੇਕ ਕੇਅਰ।